ਗਿਲਕੋ ਹਾਈਟਸ ਰਿਹਾਇਸ਼ੀ ਖੇਤਰ ਅਤੇ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਨੇੜੇ ਲੱਗ ਰਹੇ ਇੱਕ ਮੋਬਾਈਲ ਟਾਵਰ ਦਾ ਮਾਮਲਾ ਬੇਹੱਦ ਗਰਮਾ ਗਿਆ ਹੈ। ਅੱਜ ਗਿਲਕੋ ਹਾਈਟਸ ਗਿਲਕੋ ਟਾਵਰ ਸਕੂਲੀ ਬੱਚਿਆਂ ਇੰਡੀਪੈਂਡੈਂਟ ਬਲਾਕ ਐਂਡ ਬਲਾਕ ਆਰ ਬਲਾਕ ਦੇ ਸਮੂਹ ਵਸਨੀਕਾਂ ਨੇ ਯੂਥ ਐਂਡ ਸਪੋਰਟਸ ਸੈੱਲ ਕਾਂਗਰਸ ਦੇ ਮੀਤ ਚੇਅਰਮੈਨ ਅਮਰੀਕ ਸਿੰਘ ਹੈਪੀ ਸੈਣੀ, ਯੂਥ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਕਾ ਸੈਣੀ, ਭਾਜਪਾ ਆਗੂ ਮੈਡਮ ਪ੍ਰਵੇਸ਼ ਦੀ ਅਗਵਾਈ ਵਿੱਚ ਨਗਰ ਕੌਂਸਲ ਖਰੜ ਖਿਲਾਫ ਰੋਸ ਧਰਨਾ ਦੇ ਕੇ ਲੱਗ ਰਹੇ ਮੋਬਾਈਲ ਟਾਵਰ ਦਾ ਕੰਮ ਬੰਦ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਬੋਲਦਿਆਂ ਜੱਗੀ ਧਨੋਆ, ਬੱਬੂ ਮੋਹਾਲੀ ਅਤੇ ਮੈਡਮ ਨੀਲਮ ਰਾਣਾ ਨੇ ਆਖਿਆ ਕਿ ਰਿਹਾਇਸ਼ੀ ਖੇਤਰ ਅੰਦਰ ਅਤੇ ਸਕੂਲ ਦੇ ਨੇੜੇ ਲੱਗ ਰਹੇ ਮੋਬਾਈਲ ਟਾਵਰ ਕਾਰਨ ਲੋਕ ਮੋਬਾਈਲ ਟਾਵਰ ਤੋਂ ਨਿਕਲਦੀਆਂ ਤਰੰਗਾਂ ਤੋਂ ਪ੍ਰਭਾਵਿਤ ਹੋਣਗੇ ਅਤੇ ਜਦੋਂ ਇਸ ਮਾਮਲੇ ਨੂੰ ਉਹ ਨਗਰ ਕੌਂਸਲ ਖਰੜ ਵਿਖੇ ਲੈ ਕੇ ਗਏ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਜਦੋਂ ਕਿ 1 ਮਹੀਨੇ ਪਹਿਲਾਂ ਉਹਨਾਂ ਲੱਗ ਰਹੇ ਇਸ ਟਾਵਰ ਦੀ ਸ਼ਿਕਾਇਤ ਨਗਰ ਕੌਂਸਲ ਕੋਲ ਕੀਤੀ ਸੀ। ਵਸਨੀਕਾਂ ਦਾ ਕਹਿਣਾ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਵੀ ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲੱਗਣ ਤੇ ਪਾਬੰਦੀ ਲਗਾਈ ਗਈ ਹੈ, ਪਰ ਇਸ ਦੇ ਬਾਵਜੂਦ ਵੀ ਮੋਬਾਈਲ ਕੰਪਨੀ ਵਾਲੇ ਰਿਹਾਇਸ਼ੀ ਖੇਤਰ ਅਤੇ ਸਕੂਲ ਦੇ ਬਿਲਕੁਲ ਨੇੜੇ ਮੋਬਾਈਲ ਟਾਵਰ ਲਗਾ ਕੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਧੱਜੀਆਂ ਉਡਾ ਰਹੇ ਹਨ। ਉਹਨਾਂ ਕਿਹਾ ਕਿ ਰਿਹਾਇਸ਼ੀ ਖੇਤਰ ਦੇ ਅੰਦਰ ਨਗਰ ਕੌਂਸਲ ਵੱਲੋਂ ਮੋਬਾਈਲ ਟਾਵਰ ਲੱਗਣ ਦੀ NOC ਮਿਲੀ ਭੁਗਤ ਨਾਲ ਜਾਰੀ ਕੀਤੀ ਗਈ ਹੈ ਅਤੇ ਇਹ ਮਾਮਲਾ ਉਹ ਮਾਨਯੋਗ ਅਦਾਲਤ ਵਿੱਚ ਵੀ ਲੈ ਕੇ ਜਾਣਗੇ। ਉਹਨਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜੇਕਰ ਰਿਹਾਇਸ਼ੀ ਖੇਤਰ ਅੰਦਰ ਲੱਗ ਰਹੇ ਮੋਬਾਈਲ ਟਾਵਰ ਦੇ ਕੰਮ ਨੂੰ ਨਾ ਰੋਕਿਆ ਗਿਆ ਤਾਂ ਵਸਨੀਕ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ। ਅਸੀਂ ਨਾ ਇਹ ਟਾਵਰ ਲਗਾਉਣਾ ਚਾਹੁੰਦੇ ਨਾ, ਅਸੀਂ ਨਹੀਂ ਲਗਾਉਣਾ ਦੇਣਾ ਚਾਹੁੰਦੇ ਹਾਂ। ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਛੋਟੇ ਛੋਟੇ ਬੱਚੇ ਹੈਗੇ ਤੇ ਸਾਰੇ ਤੇ ਇਫੈਕਟ ਪੈਂਦਾ ਹੈ ਤੇ ਕਪਲ ਹੈਗੇ ਇੱਥੇ ਤੇ ਉਹਨਾਂ ਤੇ ਵੀ ਫਰਕ ਪੈਂਦਾ ਹੈ ਤੇ ਇਸ ਲਈ ਅਸੀਂ ਨਹੀਂ ਲਗਾਉਣਾ ਚਾਹੁੰਦੇ ਹਾਂ। ਇਹ ਕਿੰਨੇ ਕੁ ਦਿਨਾਂ ਤੋਂ ਜਿਹੜਾ ਉਰੇ ਟਾਵਰ ਲੱਗਣੇ ਦਾ ਕੰਮ ਸ਼ੁਰੂ ਹੋਇਆ ਵਾ ਜੀ? ਇਹ April 'ਚ ਸ਼ੁਰੂ ਹੋਇਆ ਸੀ। ਸੋ ਬੇਸਿਕਲੀ ਇਹ ਸਾਰੇ ਰੂਲਸ ਐਂਡ ਰੈਗੂਲੇਸ਼ਨ ਨੂੰ ਇਹਨਾਂ ਨੇ ਅਵੋਇਡ ਕਰਕੇ ਧੱਕੇ ਨਾਲ ਇਹ NOC ਦਿੱਤੀ ਹੈ, ਜਿਹਦਾ ਕਿ ਅਸੀਂ ਪੁਰਜ਼ੋਰ ਖਿਲਾਫਤ ਕਰਾਂਗੇ। ਨੇੜੇ ਰੈਜ਼ੀਡੈਂਸ਼ੀਅਲ ਸਕੂਲ ਏਰੀਆ ਹੈ ਜੀ, ਜਿੱਥੇ ਘੱਟੋ ਘੱਟ ਨਹੀਂ ਤਾਂ 300-400 ਪਰਿਵਾਰ ਰਹਿ ਰਿਹਾ ਹੈ। ਗਿਲਕੋ ਇੰਟਰਨੈਸ਼ਨਲ ਸਕੂਲ ਹੈ ਜੀ, ਗਿਲਕੋ ਇੰਟਰਨੈਸ਼ਨਲ ਸਕੂਲ ਤੋਂ ਇਹ ਘੱਟੋ ਘੱਟ 10-20 ਮੀਟਰ ਦੀ ਦੂਰੀ 'ਤੇ ਟਾਵਰ ਲੱਗਿਆ ਹੈ। 500-600 ਬੱਚਾ ਗਿਲਕੋ ਸਕੂਲ 'ਚ ਪੜ੍ਹ ਰਿਹਾ ਹੈ ਆਲਰੇਡੀ। ਇਹਦਾ ਇੰਨਾ ਕੁ ਬੱਚਿਆਂ ਦੇ ਇਫੈਕਟ ਹੈ, ਉਹਨਾਂ ਦੀ ਹੈਲਥ 'ਤੇ ਇੰਨਾ ਕੁ ਇਫੈਕਟ ਪਏਗਾ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਬਹੁਤ ਜ਼ਿਆਦਾ ਮੈਂਟਲੀ ਦਿੱਕਤਾਂ ਆਉਣਗੀਆਂ। ਇਸ ਕਰਕੇ ਸਾਰੀ ਰੈਜ਼ੀਡੈਂਸ਼ੀਅਲ ਐਸੋਸੀਏਸ਼ਨ, ਵੈਲਫੇਅਰ ਐਸੋਸੀਏਸ਼ਨ ਅਤੇ ਗਿਲਕੋ ਪੇਰੈਂਟਸ ਐਸੋਸੀਏਸ਼ਨ ਸਾਰੀ ਇਸ ਦੇ ਖਿਲਾਫਤ ਕਰ ਰਹੀ ਹੈ ਕਿ ਇਹ ਟਾਵਰ ਇੱਥੇ ਨਾ ਲਾਇਆ ਜਾਵੇ। ਤੁਸੀਂ ਇਹਦੀ ਸ਼ਿਕਾਇਤ ਕਰੀ ਕਿਤੇ ਨਗਰ ਕੌਂਸਲ ਜਾਂ ਕਿਸੇ ਹੋਰ ਅਫਸਰ ਨੂੰ? ਨਗਰ ਕੌਂਸਲ ਨੂੰ 20-3-2019 ਨੂੰ ਅਸੀਂ ਇੱਕ ਕੰਪਲੇਂਟ ਦਿੱਤੀ ਸੀ ਰਿਗਾਰਡਿੰਗ NOC ਕਿ ਇਹ NOC ਕਿਵੇਂ ਪੋਸੀਬਲ ਹੋਈ ਹੈ, ਤੁਸੀਂ ਕਿਵੇਂ ਦਿੱਤੀ NOC ਇਹ। ਉਹ NOC ਦੇ ਜਵਾਬ 'ਚ ਰਾਜੇਸ਼ ਜੀ ਉੱਥੇ EOC ਉਹਨਾਂ ਨੇ 3 ਮਹੀਨੇ ਦੀ ਸਟੇਅ ਦਿੱਤੀ ਸੀ ਇਸ 'ਤੇ। ਆਫਟਰ ਦੈਟ EO ਉੱਥੋਂ ਟ੍ਰਾਂਸਫਰ ਹੋ ਗਏ ਜੀ, ਨਵੇਂ EO ਆਏ ਨੇ। ਨਵੇਂ EO ਸਰ ਕਹਿੰਦੇ ਕਿ ਮੇਰੀ 1 ਮਹੀਨੇ ਪਹਿਲਾਂ ਇੱਥੇ ਜੁਆਇਨਿੰਗ ਹੋਈ ਹੈ, ਜਿਸ ਕਰਕੇ ਮੈਂ ਇਸ 'ਤੇ ਐਕਸ਼ਨ ਨਹੀਂ ਲੈ ਸਕਦਾ, ਜਦਕਿ NOC ਦੇਣ ਦੀ ਕੈਂਸਲ ਕਰਨ ਦੀ ਪਾਵਰ EO ਕੋਲ ਹੀ ਹੁੰਦੀ ਹੈ। ਇਸ ਮੌਕੇ ਗੁਲਜਾਰ ਸਿੰਘ ਪ੍ਰਾਸ਼ਰ, KK ਸ਼ਰਮਾ, ਰਾਕੇਸ਼ ਆਨੰਦ, ਪੁਰਸ਼ੋਤਮ ਸਤੀਸ਼ ਸ਼ਰਮਾ, JP ਵੀ ਹਾਜ਼ਰ ਸਨ। ਜਦੋਂ ਇਸ ਸੰਬੰਧੀ ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫਸਰ ਗੁਲਬੀਰ ਸਿੰਘ ਬਰਾੜ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਇਸ ਮਾਮਲੇ ਬਾਰੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਖਰੜ ਤੋਂ ਡੇਵਿਡ ਵਰਮਾ, ਜੀਵੇ ਪੰਜਾਬ TV। ਤੁਸੀਂ ਦੇਖ ਰਹੇ ਸੀ ਜੀਵੇ ਪੰਜਾਬ TV, ਜਿੱਥੇ ਤੁਹਾਨੂੰ ਮਿਲਣਗੇ ਹਰ ਰਾਜਨੀਤਿਕ ਕਿੱਸੇ ਤੇ ਦੇਸ਼ ਵਿਦੇਸ਼ ਦੀ ਹਰ ਛੋਟੀ ਵੱਡੀ ਖਬਰ। ਅਗਰ ਤੁਸੀਂ ਸਾਡੀ ਖਬਰ ਫੇਸਬੁੱਕ ਪੇਜ 'ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਫੋਲੋ ਕਰੋ। ਅਗਰ ਤੁਸੀਂ ਸਾਡੀ ਖਬਰ YouTube ਪੇਜ 'ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ, ਅਤੇ ਤੁਹਾਨੂੰ ਹਰ ਛੋਟੀ ਵੱਡੀ ਖਬਰ ਦਾ ਤੁਹਾਡੇ ਮੋਬਾਈਲ 'ਤੇ ਮਿਲੇਗਾ ਇੱਕ ਨੋਟੀਫਿਕੇਸ਼ਨ। ਤਾਂ ਜੁੜੇ ਰਹੋ ਜੀਵੇ ਪੰਜਾਬ TV ਦੇ ਨਾਲ।